ਵੇਚਿਆ ਕਿ ਸੁਖਰਾਜ ਨੇ ਵੇਚਿਆ ਬਾਈ ਸੁਖਰਾਜ ਦਾ ਇੱਕ ਵੀ ਸਟੇਟਮੈਂਟ ਕੱਢ ਕੇ ਦਿਖਾ ਦਿਓ ਜਾਂ ਪਰਿਵਾਰ ਦੀ ਇੱਕ ਵੀ ਸਟੇਟਮੈਂਟ ਕੱਢ ਕੇ ਦਿਖਾ ਦਿਓ ਕਿ ਅੱਜ ਕਿਹਾ ਹੋਵੇ ਸਾਨੂੰ ਮੁਆਵਜ਼ਾ ਦਿਓ ਸਾਨੂੰ ਨੌਕਰੀ ਦਿਓ। ਇੱਕ ਪਾਸੇ ਤੋਂ ਕਹਿੰਦੇ ਆ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਹੀ ਹੈ ਉਹਦੇ ਆਧਾਰ ਤੇ ਸਾਡੇ ਦੋਸ਼ੀ ਆ ਜਿਹੜੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਜਸਟਿਸ ਰਣਜੀਤ ਸਿੰਘ ਨੇ ਲਿਖਤਾ ਵੀ ਪਰਿਵਾਰਾਂ ਦੇ ਜੀ ਗਏ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਉਦੋਂ ਥੱਲੇ ਤੋਂ ਲੈ ਕੇ ਤਾਂ ਤੱਕ ਸਾਰਿਆਂ ਦੇ ਮਿਰਚਾਂ ਲੱਗ ਜਾਂਦੀਆਂ।